ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣ ਆਪਾਂ 57 ਕਰ ਲਿਆ, ਹੁਣ ਆਪਾਂ ਕਰ ਰਹੇ ਹਾਂ 58। ਕੁਇਜ਼ ਨੰਬਰ 58 ਕਰਨ ਜਾ ਰਹੀ ਹਾਂ, ਠੀਕ ਆ। ਲਾਸਟ ਹੈ ਆਪਣਾ ਫਸਟ ਚੈਪਟਰ ਦਾ, ਇਹ ਲਾਸਟ ਆ। ਇਸ ਤੋਂ ਬਾਅਦ ਫਸਟ ਚੈਪਟਰ ਹੋ ਜਾਣਾ ਆਪਣਾ ਖਤਮ, ਅਤੇ ਲਾਸਟ 'ਤੇ ਮੈਂ ਤੁਹਾਨੂੰ ਦੱਸੂੰਗੀ ਇਕੱਲੇ ਚੈਪਟਰ ਦਾ ਕਿੱਦਾਂ ਤੁਸੀਂ ਇਗਜ਼ਾਮੇ ਦੇਣਾ 40 ਦਮਾਂਦਿਆਂ ਦਾ, ਠੀਕ ਹੈ। ਅਤੇ ਪਹਿਲਾਂ ਆਪਾਂ ਕਰ ਲਈਏ ਇਹ ਲੈਸਨ, ਉਸ ਤੋਂ ਬਾਅਦ ਤੁਹਾਨੂੰ ਦੱਸਦੀ ਹਾਂ। ਲੈਸਨ ਦਾ ਨਾਮ ਹੈ ਕੰਪੋਰਟਾਮੈਂਤੀ ਅਤੇ ਮੇਰੇ ਵਿੱਚ ਜਾਣਕਾਰੀ ਉਨ ਪੁਸਤੇ ਜੋ ਰਿਜ਼ਰਵਾ ਤੋਂ ਆਈ ਟੈਕਸੀ। ਟੈਕਸੀ ਕਹਿੰਦੇ ਕਿ ਜਦੋਂ ਕੰਪੋਰਟਾਮੈਂਤੀ ਤੁਸੀਂ ਵਿਵਹਾਰ ਰੱਖਣਾ ਆ ਵਿੱਚ ਨਾਂਸਾ, ਜੋ ਤੁਸੀਂ ਨੇੜੇ ਆ ਇੱਕ ਰਿਜ਼ਰਵਾ ਤੋਂ ਟੈਕਸੀ, ਜਿੱਦਾਂ ਟੈਕਸੀ ਸਟੈਂਡ ਦੇ ਤੁਸੀਂ ਜਦੋਂ ਨੇੜੇ ਤੇੜੇ ਆ ਅਤੇ ਤੁਸੀਂ ਉਦੋਂ ਕੀ ਧਿਆਨ ਰੱਖਣਾ, ਠੀਕ ਆ। ਇਹ ਸਾਰੀਆਂ ਗੱਲਾਂ ਹੁਣ ਆਪਾਂ ਪੜ੍ਹਦੇ ਹਾਂ। ਪਹਿਲਾਂ ਦਵਾਉਂਦਾ ਦੇਖੋ, ਇਹ ਕੌਣ ਦੋ ਜਾਂਦੇ ਵਿੱਚ ਨਾਂਸਾ ਦੀ ਉਨ ਪੁਸਤੇ ਜੋ ਰਿਜ਼ਰਵਾ ਤੋਂ ਆਈ ਟੈਕਸੀ ਦੇ ਵੇਰ ਅਲੰਤਾਰੇ ਇਦ ਇਵੈਂਟੁਲਮੈਂਤੇ ਫਰਮਾਸੀ ਸੇਵੀ ਸੋਨੋ ਪੈਦੋਨੀ ਅਤਰਾਵੈਸਾਨੋ ਲਸਤਰਾਦਾ ਸੈਂਸਾ ਗੁਰਦਾਰੇ। ਕਹਿੰਦੇ ਕਿ ਕੌਂਦੋ ਜਾਂਦੇ ਜਿਹੜਾ ਡਰਾਈਵਰ ਆ, ਮਤਲਬ ਆਪਾਂ ਗੱਡੀ ਚਲਾ ਰਹੇ ਹਾਂ ਜਿੱਦਾਂ ਡਰਾਈਵਰ ਆ, ਨੇੜਿਆਂ ਵਿੱਚ ਨਾਂਸਾ ਜੇ ਤੁਸੀਂ ਨੇੜੇ ਆ ਪੁਸਤੇਜੋ ਰਿਜ਼ਰਵਾ ਤੋਂ ਟੈਕਸੀ ਸਟੈਂਡ ਦੇ ਸਮਝੋ, ਜੇ ਤੁਸੀਂ ਨੇੜੇ ਆ, ਹੈ ਨਾ, ਦੇਵੇਰ ਅਲੰਤਾਰੇ ਤੁਹਾਨੂੰ ਹੌਲੀ ਹੋਣਾ ਪੈਣਾ ਆ। ਇਵੈਂਟੁਲਮੈਂਤੇ ਫਰਮਾਸੀ ਹੋ ਸਕਦਾ ਤੁਹਾਨੂੰ ਰੁਕਣਾ ਵੀ ਪਵੇ, ਸੋਨੋ ਪੈਦੋਨੀ ਉੱਥੇ ਜਿਹੜੇ ਪੈਦਲ ਵਾਲੇ ਆ ਕਰੋਸਿੰਗ ਅਤਰਾਵੈਸਾਨੋ ਕਰੋਸਿੰਗ ਕਰ ਸਕਦੇ ਸੜਕ ਨੂੰ, ਸੈਂਸਾ ਗੁਰਦਾਰੇ, ਸੈਂਸਾ ਬਿਨਾਂ ਗੁਰਦਾਰੇ ਦੇਖੇ, ਬਿਨਾਂ ਇੱਧਰ ਉੱਧਰ ਦੇਖੇ ਉਹ ਸੜਕ ਪਾਰ ਕਰ ਸਕਦੇ ਆ। ਇਸ ਲਈ ਤੁਹਾਨੂੰ ਧਿਆਨ ਰੱਖਣਾ ਪੈਣਾ ਆ, ਠੀਕ ਆ। ਤੁਹਾਨੂੰ ਆਪਣੇ ਦਿਮਾਗ ਵਿੱਚ ਧਿਆਨ ਰੱਖਣਾ ਪੈਣਾ ਆ, ਤੁਸੀਂ ਹੌਲੀ ਹੋ ਸਕਦੇ ਆ ਅਤੇ ਤੁਹਾਨੂੰ ਰੁਕਣਾ ਵੀ ਪੈ ਸਕਦਾ ਆ। ਦੂਸਰਾ ਦਮਾਂਦਾ ਦੇਖੋ, ਕੌਂਦੋ ਜੈਨਤੇ ਇਨ ਵਿੱਚ ਨਾਂਸਾ ਦੀ ਪੁਸਤੇ ਜੋ ਰਿਜ਼ਰਵਾ ਤੋਂ ਆਈ ਟੈਕਸੀ ਦੇ ਬਾਰੇ ਤੈਨਸੀਓ ਨੇ ਪੈਦੋਨੀ ਸਲਗੋਨੋ ਸ਼ੈਂਦੋਨੋ ਦਾਈ ਦਲ ਟੈਕਸੀ। ਕੌਂਦੋ ਜੈਨਤੇ ਜਿਹੜਾ ਡਰਾਈਵਰ ਹੈ ਨੇੜੇ ਆ ਜਦੋਂ ਪੁਸਤੇ ਜੋ ਰਿਜ਼ਰਵਾ ਤੋਂ ਜਿਹੜੀ ਟੈਕਸੀ ਲਈ ਜਗ੍ਹਾ ਬਣੀ ਹੋਈ ਆ, ਜਦੋਂ ਉਹਦੇ ਆਪਾਂ ਨੇੜੇ ਆ ਦੇ ਬਾਰੇ ਤੁਹਾਨੂੰ ਟੈਨਸ਼ਨ ਦੇਣੀ ਪੈਣੀ ਆ। ਜਿਹੜੇ ਪੈਦੋਨੀ ਆ ਜਿਹੜੇ ਪੈਦਲ ਆ ਸਲਗੋਨੋ ਸ਼ੈਂਦੋਨੋ ਦਲ ਟੈਕਸੀ, ਉਹ ਟੈਕਸੀ ਵੱਲ ਜਾ ਵੀ ਸਕਦੇ ਅਤੇ ਉੱਧਰੋਂ ਆ ਵੀ ਸਕਦੇ ਆ, ਠੀਕ ਆ। ਫਿਰ ਉਹ ਪੈਦੋਨੀ ਨੂੰ ਤੁਹਾਨੂੰ ਟੈਨਸ਼ਨ ਦੇਣੀ ਹੀ ਪੈਣੀ ਆ, ਖਾਸ ਤੌਰ 'ਤੇ ਜਦੋਂ ਅਤਰਾਵੈਸਾ ਮੈਨ ਤੋਂ ਪੈਦੋਨਾਲੀ ਆ, ਠੀਕ ਆ, ਆਪਾਂ ਉਹਨਾਂ ਨੂੰ ਟੈਨਸ਼ਨ ਦੇਣੀ ਦੇਣੀ ਆ। ਬੇਰੂ ਤੀਸਰਾ ਨੰਬਰ ਦੇਖੋ, ਕੌਂਦੋ ਜੈਨਤੇ ਵੀਕਲੋ ਦਿਵੈਰਸੋ ਦਾਈ ਟੈਕਸੀ ਨੋਨ ਪੋਈਸੋ ਸਤਾਰੇ ਨਹੀਂ ਪੋਸਤੇਜ਼ੀ ਰਿਜ਼ਰਵਾਤੀ ਆਈ ਟੈਕਸੀ। ਕੌਂਦੋ ਜੈਨਤੇ ਜਿਹੜਾ ਡਰਾਈਵਰ ਹੈ ਗੱਡੀ ਦਾ, ਦਿਵੈਰਸੋ ਦਾਈ ਟੈਕਸੀ, ਦਿਵੈਰਸੋ ਅਲੱਗ ਤਾਂ ਕਹਿੰਦੇ ਅਲੱਗ ਆ, ਉਹ ਟੈਕਸੀ ਵਾਲਾ ਨਹੀਂ ਹੈਗਾ, ਟੈਕਸੀ ਵਾਲੇ ਤੋਂ ਅਲੱਗ ਆ ਇੱਕ, ਉਹਨੂੰ ਉਹ ਸਮਝੋ ਕੋਈ ਹੋਰ ਗੱਡੀ ਚਲਾ ਰਿਹਾ, ਟੈਕਸੀ ਵਾਲਾ ਨਹੀਂ ਹੈਗਾ, ਦਿਵੈਰਸੋ ਮੀਨਸ ਅਲੱਗ ਆ ਉਹ। ਨੋਨ ਪੋਈਸੋ ਸਤਾਰੇ, ਉਹ ਨਹੀਂ ਸੋਸਤਾ ਕਰ ਸਕਦਾ ਪੁਸਤੈਜੀ ਰਿਜ਼ਰਵਾਤੀ ਟੈਕਸੀ, ਟੈਕਸੀ ਸਟੈਂਡ ਟੈਕਸੀ ਵਾਲਿਆਂ ਲਈ ਬਣੀ ਹੁੰਦੀ ਹੈ ਨਾ, ਕਹਿੰਦੇ ਟੈਕਸੀ ਸਟੈਂਡ 'ਤੇ ਉਹ ਨੋਨ ਨਹੀਂ ਸੋਸਤਾ ਕਰ ਸਕਦਾ ਆਪਣੀ ਗੱਡੀ ਨੂੰ ਵੀਰੋਂ, ਕਿਉਂਕਿ ਟੈਕਸੀ ਸਟੈਂਡ ਜਿੱਥੇ ਉੱਥੇ ਸਿਰਫ ਟੈਕਸੀਆਂ ਖੜੀਆਂ ਹੁੰਦੀਆਂ ਨਾ ਕਿ ਹੋਰ ਗੱਡੀਆਂ ਵਿੱਚ ਆਪਣੀ ਸੋਸਤਾ ਲਾ ਲੈਂਦੀਆਂ, ਠੀਕ ਹੈ, ਉੱਥੇ ਸਿਰਫ ਟੈਕਸੀਆਂ ਲਈ ਜਗ੍ਹਾ ਬਣੀ ਹੁੰਦੀ ਹੈ, ਨੋਨ ਨਹੀਂ ਸੋਸਤਾਰੀ ਕਰ ਸਕਦੇ ਵੀਰੋਂ। ਚੌਥਾ ਦਮਾਂਦਾ ਦੇਖੋ, ਕੌਂਦੋ ਜੈਨਤੇ ਵਿੱਚ ਨਾਂਸਾ ਉਨ ਪੁਸਤੇਜ਼ੋ ਰਿਜ਼ਰਵਾ ਤੋਂ ਟੈਕਸੀ ਦੇ ਬਾਰੇ ਤੈਨਸੀਓ ਨੇ ਪੈਦੋਨੀ ਪਜ਼ੋਨੋ ਤਰਾਵੇਰਸਾਰੇ ਇੰਪਰੂਵਿਜ਼ਾਮੈਂਤੇ ਲਸ ਤਰ੍ਹਾਂ ਦਾ ਸੈਂਸਾ ਲੇ ਦੋ ਅਤੇ ਪ੍ਰੇਕੋਸੀਓਨੀ। ਕਹਿੰਦੇ ਕਿ ਜਿਹੜਾ ਡਰਾਈਵਰ ਆ ਨੇੜੇ ਆ, ਜਦੋਂ ਆਪਾਂ ਜਿਹੜੀ ਟੈਕਸੀਆਂ ਵਾਲੀ ਜਗ੍ਹਾ ਬਣੀ ਆਪਾਂ ਉਹਦੇ ਜਦੋਂ ਨੇੜੇ ਆ, ਦੇ ਵੀ ਫਾਰੇ ਤੈਨਸੀਓ ਨੇ ਤੁਹਾਨੂੰ ਟੈਨਸ਼ਨ, ਤੁਹਾਨੂੰ ਧਿਆਨ ਦੇਣਾ ਪੈਣਾ ਆ ਪੈਦੋਨੀ ਪੈਦਲ ਵਾਲਿਆਂ ਵੱਲ, ਪਜ਼ੋਨੋ ਹੋ ਸਕਦਾ ਅਤਰਾਵੇਰਸਾਰੇ ਉਹ ਕਰੋਸਿੰਗ ਕਰਨ ਇੰਪਰੂਵਿਜ਼ਾਮੈਂਤੇ ਅਚਾਨਕ ਕਰੋਸਿੰਗ ਕਰਨ ਸੜਕ 'ਤੇ, ਸੈਂਸਾ ਬਿਨਾਂ ਦੁਆ 'ਤੇ ਪ੍ਰੀਕੋਸੀਓਨੀ ਬਿਨਾਂ ਧਿਆਨ ਦਿੱਤੇ, ਬਿਨਾਂ ਤੁਹਾਨੂੰ ਟੈਨਸ਼ਨ ਜਾਂ ਧਿਆਨ ਦਿੱਤੇ ਉਹ ਸੜਕ ਪਾਰ ਕਰ ਸਕਦੇ ਆ ਵੀਰੋ, ਠੀਕ ਆ। ਪੰਜਵਾਂ ਨੰਬਰ ਕਹਿੰਦੇ ਆ, ਇਹ ਕੌਂਦੋ ਜੈਨਤੇ ਵਿੱਚ ਨਾਂਸਾ ਉਨ ਪੁਸਤੇਜ਼ੋ ਰਿਜ਼ਰਵਾ ਤੋਂ ਟੈਕਸੀ ਦੇ ਵਿਦਾਰੇ ਲਾ ਪ੍ਰੀਜ਼ੈਂਸਾ ਟੈਕਸੀ ਸੇ ਇਮੈਂਤੋ ਨੂੰ ਸੁਲਾ ਸਤਰਾਦਾ। ਕਹਿੰਦੇ ਕੌਂਦੋ ਜੈਨਤੇ ਜਿਹੜਾ ਡਰਾਈਵਰ ਹੈ ਵਿੱਚ ਨਾਂਸਾ, ਜਦੋਂ ਨੇੜੇ ਆ ਇੱਕ ਪੁਸਤੇਜ਼ੋ ਜਦੋਂ ਰਿਜ਼ਰਵਾ ਤਾਂ ਟੈਕਸੀ ਜਿਹੜੀ ਟੈਕਸੀਆਂ ਵਾਲੀ ਜਗ੍ਹਾ ਬਣੀ ਆ ਉਹਦੇ, ਜਦੋਂ ਆਪਾਂ ਨੇੜੇ ਆ ਦੇਵੇਦਾਰੇ ਲਾ ਤੁਹਾਨੂੰ ਪਹਿਲ ਦੇਣੀ ਪੈਣੀ ਆ, ਟੈਕਸੀ ਵਾਲਿਆਂ ਨੂੰ ਦੇਵੇਦਾਰੇ ਲਾ ਪ੍ਰੀਜ਼ੈਂਸਾ ਤੁਹਾਨੂੰ ਪਹਿਲ ਦੇਣੀ ਪੈਣੀ ਟੈਕਸੀ ਵਾਲਿਆਂ ਨੂੰ ਇਮੈਂਤੋ ਨੂੰ ਸੁਲਾ ਸਤਰਾਦਾ, ਜਿਹੜੀਆਂ ਦਾਖਲ ਹੋ ਰਹੀਆਂ ਆ ਸੜਕ 'ਤੇ ਫਾਲਸੂ। ਇਹ ਹੁਣ ਤੁਸੀਂ ਧਿਆਨ ਨਾਲ ਦਮਾਂਦਾ ਦੇਖੋ, ਇਹ 'ਚ ਕਿਹਾ ਗਿਆ ਆ ਹੁਣ ਟੈਕਸੀ ਸਟੈਂਡ ਆ, ਉਹ ਸੋਰੀ ਟੈਕਸੀ ਜਿਹੜੀਆਂ ਬੜੀਆਂ ਗੱਡੀਆਂ ਹੈ ਨਾ ਟੈਕਸੀ ਵਾਲੀਆਂ, ਉਹ ਸੜਕ 'ਤੇ ਘੁੰਮ ਸਕਦੀਆਂ ਜਿੱਦਾਂ ਮਰਜ਼ੀ, ਆਪਾਂ ਜਦੋਂ ਸੜਕ 'ਤੇ ਘੁੰਮਦੀਆਂ ਆਪਾਂ ਉਦੋਂ ਨਹੀਂ ਉਹਨਾਂ ਨੂੰ ਪਹਿਲ ਦੇਣੀ, ਜਦੋਂ ਇੱਕ ਟੈਕਸੀ ਸਟੈਂਡ ਬਣਿਆ ਜਿੱਥੇ ਗੱਡੀਆਂ ਖੜੀਆਂ ਆ ਉਦੋਂ ਆਪਾਂ ਪੈਦਲ ਵਾਲਿਆਂ ਨੂੰ ਇੱਥੇ ਧਿਆਨ ਦੇਣੀ ਆ, ਠੀਕ ਹੈ। ਪੈਦਲ ਵਾਲੇ ਕਿਉਂਕਿ ਟੈਕਸੀ ਸਟੈਂਡ ਇੱਦਾਂ ਦਾ ਹੁੰਦਾ ਉੱਥੇ ਭੀੜ ਥੋੜ੍ਹੀ ਹੋ ਜਾਂਦੀ ਹੈ, ਹੈ ਨਾ, ਕਿ ਆਪਾਂ ਉੱਥੇ ਪੈਦਲ ਵਾਲਿਆਂ ਨੂੰ ਪਹਿਲ ਦੇਣੀ, ਇਹ ਨਹੀਂ ਹੈ ਕਿ ਜੇ ਸੜਕ 'ਤੇ ਗੱਡੀਆਂ ਚੱਲ ਰਹੀਆਂ ਟੈਕਸੀ ਵਾਲੀਆਂ ਤਾਂ ਆਪਾਂ ਉਦੋਂ ਉਹਨਾਂ ਨੂੰ ਪਹਿਲ ਦੇਣੀ ਆ, ਨੋ
उदो टैक्सी वाले का भी उन्ना फर्ज आडे मतलब ध्यान रखन होर गड्डिया वाल होर गड्डिया का भी यही फर्ज है कि टैक्सी वाले वाल ध्यान रखन य नहीं कि तुम उन्होंने पहल दे दो यात्रा वरसा मैं तो सॉरी जे कोई ऐसी जगह आ गई आ जिथे तुम पहल है तो तुम टैक्सी वाले पहल दे दो कोई कोई अधिवेशमेंट या बेली दी गड्डिया नहीं है ना वो पैदोनिया ठीक है वो टैक्सी वाली गड्डिया आ उन्होंने भी रुकना पैना ठीक है। इतने गल हुई आ जिहड़ा टैक्सी स्टैंड बनया आ टैक्सी स्टैंड के नेड़े तुसी पैदल वालियां नूं दिमाग च रखना ठीक है कि जिहड़े पैदल वाले आ उन्हां नूं आपां ध्यान देना ठीक है ये गल ध्यान च रखियो। हाँ जी शिवन बंदा देखो इलकोंदो जयंते नानसा दी उपस्थितो रिजर्वा तो टैक्सी दे विदारे ला प्रजांसा टैक्सी पार्टेंसा क्वालोरा इमेंतानो लातोस नेस्त्रो दला करी जाता। इत्थे भी उही गल हुई आ कहिंदे कि जदों तुसी ड्राइवर नेड़े आ एक टैक्सी स्टैंड दे नेड़े आ देवेदारी ला प्रजेंसा तुहानू पहल देनी पैनी टैक्सी नू जिहड़ियां इमेंतानू जिहड़ियां दाखल हो रही लातो सिनेस्त्रो खब्बे पासे तो जिहड़ियां दाखल हो रही करे जाता तो उन्हूं पहल देनी पैनी फालसू। इत्थे टैक्सी वाले नू तो आपां पहल देनी नहीं हैगी ठीक है। इत्थे पैदोनी जिहड़े हुंदे पैदल वाले ना उन्हां नू आपां पहल देनी आ उन्हां नू दिमाग च रखना ना कि टैक्सी वाले की टैक्सी वालियां दी पहल आ वो कोई एंबूलेंसा नहीं हैगी ठीक है जिन्होंने आप पहल दे टैक्सी वाले आ जिदा तुसियाँ गड्डिया वो टैक्सी वाले ने उन्होंने आप पहल नहीं देनी ठीक है सारे दमान देख लो। सत्तवा नंबर देखो कौन दो जानते विकोली दे वेरसो दे टैक्सी पोस अस्तारे पोस्तेजी रिजर्वाती टैक्सी दाले और बेंती आले और ऑटो। देखो सेम उपर वाला गोस्टा नहीं है बस इतने टाइम लिखता कहिंदे कौन दो जानते जिहड़ा ड्राइवर आ गड्डी दा दिवेरसो दी टैक्सी मतलब दिवेरसो मीनस अलग आ टैक्सी वाला नहीं हैगा टैक्सी तो अलग आ कहिंदे सस्तारे सस्ता कर सकदा अपनी गड्डी टैक्सी स्टैंड ते बेनती तो उरे इन्ने टाइम से कहिंदे अपनी गड्डी उत्थे कर सकदा फालसू जिहड़ा स्टैंड टैक्सी दा बणिया उत्थे टैक्सियां ही खड़ियां हुंदियां ना कि होर गड्डियां जाके खड़ियां हो जाण ठीक है फालसू आपां नहीं सस्तारे कर सकदे। तो चलो हूँ अपना 58 हो गया ये अपना फस्ट चैप्टर हो गया कंप्लीट। आई होप तुहानू फस्ट चैप्टर आसानी नाल समझ आ गया होएगा ठीक है क्योंकि मैं एक एक लाइन बहुत सौखे ढंग नाल समझाया होया ठीक है फिर भी प्रॉब्लम होंगी तो दस सकते हैं। हूँ मैं तुहानू दसूँगी कि किदा आपां फस्ट चैप्टर का एग्जामे देना प्लीज़ वो करन तो पहला एग्जामे देन तो पहला तुसी कला कला क्विज़ पहला क्विज़ नंबर काढ़ के उहदे वीरो फालसो करो दूसरे का तीसरे का 58 दे वीरो फालसो करो ठीक है। उस तो बाद तुसी देना हुण फस्ट चैप्टर का एग्जामे वो कितना देना मैं तुहानू दस दी आ। हाँ जी आपां हुण तुसी कल्ले दे वीरो फालसो कल्ले तुहाडे कॉन्फिडेंस आ गया हुण तुसी कल्ले पल्ले फस्ट चैप्टर का तुसी एग्जामे देना कितना देना साइड ते आ गोला जिहा तुहानू सॉरी तुहानू आह गोला जहा जिहड़ा दिखता पिया है ना इत्थे तुसी क्लिक करना क्लिक कर लिया इत्थे क्लिक करन तो बाद तुसी आह लिखिया होया आ आर्गूमेंटी इत्थे क्लिक कर देना ठीक है। इत्थे क्लिक करन तो बाद पूरे 25 चैप्टर आ गए तुहाडे सामने ठीक है आ गए 25 चैप्टर तुसी हजे देना सिर्फ पहले चैप्टर का एग्जामे पहला चैप्टर आ इत्थे क्लिक करूँगे तो सिलैक्ट हो जाएंगे ग्रीन कलर के टिक लग जाएंगे कल्ला पहला चैप्टर सिलैक्ट करना तुसी ठीक है स्त्रादाली वाला कल आ सिलैक्ट अतीवा लिखा हुआ पहले डब्बे इत्थे तुसी क्लिक कर देना क्लिक करता बस हुण तुहाडा हो गया आ जिहड़ा क्रॉस बनया रैड कलर पर आ जिहड़ा क्रॉस बनया हुआ रैड कलर का ये उपर तुसी क्लिक कर देना करता हुण तुसी बैक अपने उसी पेज ते आ गए पहला लिखा एग्जामे सिमुलासियोने दी एग्जामे जिहड़ा पहला लिखा हुआ है ना ई लिखा हुआ सिमुलासियोने दी एग्जामे इत्थे तुसी करना क्लिक करता पूरा पहले चैप्टर दे ही तुहाडे कोल 40 दमांदे आ गए हुए देख लो पहला चैप्टर आ कोई दूसरा तीसरा कोई नहीं हैगा सिर्फ पहले चैप्टर दे आ तुसी एक पहले चैप्टर दे तुसी दवो ठीक है वीरो फालसो जो करना तुसी करो करके लॉयल्टी ना मैं दसो कि ताडे किन्ने एरर आए आ जां कोई एरर नहीं आया जां दो आए जां चार आए जां छे आए और जे ताडे जिहदे क्विज़ विचों ज़्यादा एरर आ रहे उस क्विज़ नूं दुबारा खोल के देख लो ठीक है इदां तुसी पहले चैप्टर दा एग्जामे दवो तो मैनू दसो कि हाँ तुसी तुहाडा सही आया एग्जामे ही पहले चैप्टर का तो मैनू मैसेज करके जरूर दस दिओ ठीक है इदा तुसी पहले चैप्टर का एग्जामे दवो ठीक है कोई औखा नहीं है ध्यान ना पढ़ो तो अपना एग्जामे दो
ਅਤੇ ਚਲੋ ਠੀਕ ਹੈ, ਹੁਣ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਹੁਣ ਆਪਾਂ ਸੈਕਿੰਡ ਚੈਪਟਰ ਸਟਾਰਟ ਕਰਾਂਗੇ, ਠੀਕ ਹੈ। ਕੱਲ੍ਹ ਤੋਂ ਸਟਾਰਟ ਕਰ ਦੇਵਾਂਗੇ ਆਪਾਂ ਸੈਕਿੰਡ ਚੈਪਟਰ, ਫਸਟ ਚੈਪਟਰ ਦੀ ਆਪਣੀ ਹੁਣ ਤਿਆਰੀ ਕਰੋ ਅੱਜ, ਠੀਕ ਹੈ। ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਪਲੀਜ਼ ਕੋਮੈਂਟ ਵੀ ਕਰ ਦਿਆ ਕਰੋ, ਠੀਕ ਹੈ। ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹਾਂ, ਪਲੀਜ਼ ਸ਼ੇਅਰ ਕਰੋ ਤਾਂ ਕਿ ਹੋਰਾਂ ਨੂੰ ਪਤਾ ਲੱਗੇ, ਨਾ ਹੋਵੇ ਕਿ ਮੈਂ ਜਦੋਂ ਤੀਸਰੇ ਚੌਥੇ ਚੈਪਟਰ 'ਤੇ ਚਲੀ ਗਈ ਤਾਂ ਫਿਰ ਪਿੱਛੋਂ ਹੋਰ ਨਵੇਂ ਫੋਲੋਅਰ ਆਉਣ ਅਤੇ ਫਸਟ ਚੈਪਟਰ ਤੋਂ ਮੈਨੂੰ ਪੁੱਛੀ ਜਾਣ ਕਿ ਆਹ ਨਹੀਂ ਸਮਝ ਆਈ, ਉਹ ਨਹੀਂ, ਹੈ ਨਾ। ਹੁਣ ਤਾਂ ਚਲੋ ਫਸਟ ਚੈਪਟਰ ਹੈ, ਹੁਣ ਮੈਂ ਤੁਹਾਨੂੰ ਨਾਲ ਹੀ ਨਾਲ ਦੱਸ ਸਕਦੀ ਹਾਂ, ਅਤੇ ਚਲੋ ਠੀਕ ਹੈ, ਹੁਣ ਆਪਾਂ ਸੈਕਿੰਡ ਸਟਾਰਟ ਕਰਾਂਗੇ। ਫਸਟ ਚੈਪਟਰ ਦੀ ਆਪਣੀ ਤਿਆਰੀ ਕਰੋ ਅਤੇ ਮੈਨੂੰ ਪਲੀਜ਼ ਕੋਮੈਂਟ ਕਰ ਦਿਓ ਕਿ ਤੁਹਾਡਾ ਐਗਜ਼ਾਮੀ ਕਿੱਦਾਂ ਦਾ ਰਿਹਾ ਫਸਟ ਚੈਪਟਰ ਦਾ, ਠੀਕ ਹੈ। ਚਲੋ ਠੀਕ ਹੈ, ਸਤਿ ਸ਼੍ਰੀ ਅਕਾਲ ਸਾਰਿਆਂ।